हेलो एवरीवन वेलकम बैक टू माय चैनल होप सो सारे नि वधिया होंगे तो आज ਤੁਹਾਡੇ ਲਈ ਆਈਆਂ ਨਵੀਂ ਵੀਡੀਓ ਨਵੀਂ ਅਪਡੇਟ ਲੈ ਕੇ ਕਾਫੀ ਟਾਈਮ ਬਾਅਦ ਅਪਡੇਟ ਸ਼ੇਅਰ ਕਰ ਰਹੀਆਂ ਕਿਉਂਕਿ ਕੋਈ ਰੈਲੇਵੈਂਟ ਅਪਡੇਟ ਮੈਨੂੰ ਨਹੀਂ ਮਿਲ ਰਹੀ ਸੀ ਕੋਈ ਵੀ ਇਦਾਂ ਦੀ ਅਪਡੇਟ ਨਹੀਂ ਸੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਪਾਂਦੀ ਤੇ ਬੇਫਾਲਤੂ ਚ ਵੀਡੀਓ ਬਣਾਉਣ ਦਾ ਕੋਈ ਵੀ ਮਤਲਬ ਹੀ ਨਹੀਂ ਬਣਦਾ ਤੁਹਾਡਾ ਵੀ ਟਾਈਮ ਵੇਸ ਮੇਰਾ ਵੀ ਟਾਈਮ ਵੇਸ ਤਾਂ ਅੱਜ ਆਈ ਹੈ ਇੱਕ ਇੰਪੋਰਟੈਂਟ ਅਪਡੇਟ ਤੇ ਉਹ ਸ਼ੇਅਰ ਕਰ ਰਹੀਆਂ ਤੁਹਾਡੇ ਨਾਲ ਕੀ ਅਪਡੇਟ ਆਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਪਣੇ ਪੇਪਰ ਪੈਟਰਨ ਦੇ ਵਿੱਚ ਥੋੜੇ ਚੇਂਜਸ ਕੀਤੇ ਗਏ ਨੇ ਉਹਨਾਂ ਦੇ ਰਿਲੇਟਿਡ ਅਪਡੇਟ ਆਈ ਹੈ ਤੇ ਇਹ ਅਪਡੇਟ ਮੈਂ ਤੁਹਾਨੂੰ ਸਾਂਝਾ ਕਰਾਂਗੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਵਿਊਅਰਸ ਮੇਰੇ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਦੇਣ ਤੇ ਹੁਣ ਸਟਾਰਟ ਕਰਦੇ ਆਪਾਂ ਵੀਡੀਓ ਅੱਜ ਹੀ ਆਈ ਹੈ 25 ਅਕਤੂਬਰ ਨੂੰ 9 5 ਤੇ ਆਈ ਸੀਗੇ ਨਿਊ ਰੂਲਸ ਆਫ ਪੀਐਸਸੀਬੀ ਪੀਐਸਸੀਬੀ ਨੇ ਬਦਲਿਆ ਪ੍ਰੀਖਿਆ ਦਾ ਪੈਟਰਨ ਹੁਣ ਲਿਖਤੀ ਪ੍ਰੀਖਿਆ ਦੇ ਵਤ ਤੇ ਪ੍ਰੈਕਟੀਕਲ ਦੇ ਅੰਕ ਹੋਣਗੇ ਕੱਟ ਯਾਨੀ ਕਿ ਜਿਹੜਾ ਪੈਟਰਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਚੇਂਜ ਕੀਤਾ ਹੈ ਇਹਦੇ ਵਿੱਚ ਜਿਹੜਾ ਤੁਹਾਡਾ ਰਿਟਨ ਪੇਪਰ ਹੁੰਦਾ ਹੈ ਪ੍ਰੈਕਟੀਕਲ ਐਗਜ਼ਾਮਸ ਹੁੰਦੇ ਨੇ ਰਿਟਨ ਪੇਪਰ ਹੁੰਦਾ ਹੈ ਉਹਦੇ ਅੰਕ ਜਿਹੜੇ ਨੇ ਉਹਦੇ ਨੰਬਰ ਨੇ ਉਹ ਵੱਧ ਗਏ ਨੇ ਤੇ ਜਿਹੜਾ ਉਹਦੇ ਵਿੱਚ ਪ੍ਰੈਕਟੀਕਲ ਪੋਰਸ਼ਨ ਹੁੰਦਾ ਹੈ ਜਿੱਦਾਂ ਤੁਸੀਂ ਪੇਪਰ ਸੁਣਾਣਾ ਹੁੰਦਾ ਜਾਂ ਫਿਰ ਫਿਜ਼ੀਕਲ ਐਜੂਕੇਸ਼ਨ ਵਗੈਰਾ ਦੇ ਸਬਜੈਕਟਸ ਹੁੰਦੇ ਨੇ ਜਿੰਨਾ ਵਿੱਚ ਤੁਹਾਨੂੰ ਕੋ ਫਿਜ਼ੀਕਲ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਨੇ ਉਹਨਾਂ ਪੇਪਰਾਂ ਦੇ ਅੰਕ ਕੱਟ ਹੋਣਗੇ ਠੀਕ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰੀਖਿਆ ਦਾ ਪੈਟਰਨ ਬਦਲ ਦਿੱਤਾ ਹੈ ਇਹ ਬਦਲਾਅ ਦੋ ਵਿਸ਼ਿਆਂ ਸਰੀਰਕ ਸਿੱਖਿਆ ਅਤੇ ਖੇਡਾਂ ਵਿੱਚ ਕੀਤਾ ਗਿਆ ਹੈ ਪ੍ਰੈਕਟੀਕਲ ਦੇ ਅੰਕ ਵਧ ਅਤੇ ਲਿਖਤੀ ਪ੍ਰੀਖਿਆ ਦੇ ਅੰਕ ਘੱਟ ਸਨ ਇੰਨਾ ਜਿਹੜੇ ਪੇਪਰ ਸਰੀਰਕ ਸਿੱਖਿਆ ਦੇ ਜਿਹੜਾ ਤੁਹਾਡੇ ਪੇਪਰ ਹੁੰਦਾ ਸੀ ਇਹਦੇ ਵਿੱਚ ਰਿਟਰਨ ਪੇਪਰ ਦੇ ਨੰਬਰ ਘੱਟ ਹੁੰਦੇ ਸੀ ਤੇ ਪ੍ਰੈਕਟੀਕਲ ਪੇਪਰ ਦੇ ਨੰਬਰ ਵਧ ਹੁੰਦੇ ਸੀ ਠੀਕ ਹੈ ਹੁਣ ਇਹਨਾਂ ਨੂੰ ਉਲਟਾ ਦਿੱਤਾ ਗਿਆ ਹੈ ਹੁਣ ਲਿਖਤੀ ਪ੍ਰੀਖਿਆ ਦੇ ਅੰਕ ਵਧ ਹਨ ਅਤੇ ਪ੍ਰੈਕਟੀਕਲ ਪੇਪਰ ਦੇ ਅੰਕ ਘੱਟ ਹਨ ਪਰ ਸਿੱਖਿਆ ਬੋਰਡ ਦੇ ਇਫਐਸ ਲਈ ਨਾਲ ਉਹਨਾਂ ਵਿਦਿਆਰਥੀਆਂ ਨੂੰ ਵੱਡੀ ਰਾਤ ਮਿਲਗੀ ਜੋ ਪੜ੍ਹਨ ਲਿਖਣ ਵਿੱਚ ਚੰਗੇ ਹੋਣ ਦੇ ਨਾਲ-ਨਾਲ ਲਿਖਤੀ ਪ੍ਰੀਖਿਆ ਦਾ ਪੂਰੀ ਲਗਨ ਨਾਲ ਦਿੰਦੇ ਸਨ ਪਰ ਖੇਡਾਂ ਅਤੇ ਸਰੀਰਕ ਸਿੱਖਿਆ ਦੇ ਪ੍ਰੈਕਟੀਕਲ ਦੌਰਾਨ ਜ਼ਮੀਨੀ ਪੱਧਰ ਤੇ ਪ੍ਰਦਰਸ਼ਨ ਨਹੀਂ ਕਰ ਸਕਦੇ ਸਨ ਇਸ ਨਾਲ ਉਹਨਾਂ ਦੇ ਪ੍ਰੈਕਟੀਕਲ ਅੰਕ ਘੱਟ ਜਾਂਦੇ ਸਨ ਅਤੇ ਸਮੁੱਚੀ ਪ੍ਰਤੀਸ਼ਤ ਵਿੱਚ ਪ੍ਰਭਾਵਯ ਪੈਂਦਾ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੇ ਨਵੇਂ ਪ੍ਰੈਕਟੀਕਲ ਵਿੱਚ 9ਵੀਂ ਅਤੇ 10ਵੀਂ ਤੋਂ ਦੇ ਦੋ ਵਿਸ਼ਿਆਂ ਦੇ ਅੰਕਾਂ ਨੂੰ ਦੀ ਵੰਡ ਬਦਲ ਦਿੱਤੀ ਹੈ ਇਹਨਾਂ ਵਿਸ਼ਾ ਦੀ ਲਿਖਤੀ ਪ੍ਰੀਖਿਆ ਦੇ ਅੰਕ ਪ੍ਰੈਕਟੀਕਲ ਵਿਸ਼ੇ ਨਾਲੋਂ ਵੱਧ ਹੋਣਗੇ ਯਾਨੀ ਕਿ ਸਿਰਫ ਦੋ ਪੇਪਰਾਂ ਦੇ ਹੀ ਪੈਟਰਨ ਦੇ ਵਿੱਚ ਚੇਂਜ ਆਇਆ ਹੈ ਜਿਹੜੇ ਬਾਕੀ ਤੁਹਾਡੇ ਪੇਪਰ ਨੇ ਉਹ ਸੇਮ ਨੇ ਠੀਕ ਹੈ ਪੀਐਸਸੀਬੀ ਨੇ ਇਸ ਸੰਬੰਧੀ ਸਾਰੇ ਸਕੂਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ ਇਹ ਹੁਕਮ ਵੀ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਸਕੂਲਾਂ ਨੂੰ ਇਸ ਸੰਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਹੈ ਜੇ ਤੁਹਾਡੇ ਸਕੂਲਸ ਨੇ ਇਹ ਤੁਹਾਨੂੰ ਨਹੀਂ ਦੱਸਿਆ ਹਲੇ ਤੱਕ ਤਾਂ ਤੁਹਾਨੂੰ ਇੱਕ ਦੋ ਦਿਨ ਤੱਕ ਨੋਟੀਫਿਕੇਸ਼ਨ ਮਿਲ ਜਾਏਗੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਕੂਲਾਂ ਨੂੰ ਜਾਰੀ ਤੇ ਗਏ ਪੱਤਰ ਵਿੱਚ ਸਪਸ਼ਟ ਲਿਖਿਆ ਗਿਆ ਹੈ ਕਿ ਨਵਾਂ ਪੈਟਰਨ ਇਸ ਵਿਦਿਅਕ ਸੈਸ਼ਨ ਤੋਂ ਨਹੀਂ ਸਗੋ 22-23 ਦੇ ਅਗਲੇ ਸੈਸ਼ਨ ਤੋਂ ਲਾਗੂ ਹੋਵੇਗਾ। ਯਾਨੀ ਕਿ ਜਿਹੜੇ ਹੁਣ ਤੁਹਾਡੇ ਪੇਪਰ ਹੋਣੇ ਸੀਗੇ ਠੀਕ ਹੈ April March ਦੇ ਵਿੱਚ ਉਹਨਾਂ ਦੇ ਲਈ ਇਹ ਪੈਟਰਨ ਨਹੀਂ ਹੈ। ਜਿਹੜਾ ਨਵਾਂ ਸੈਸ਼ਨ ਸਟਾਰਟ ਹੋਏਗਾ ਯਾਨੀ ਕਿ ਜਿਹੜੇ ਹੁਣ ਬੱਚਿਆਂ ਨੇ ਪੇਪਰ ਫਾਈਨਲ ਦੇਣੇ ਸੀਗੇ ਉਹ ਪੁਰਾਣੇ ਪੈਟਰਨ ਦੇ ਅਕੋਰਡਿੰਗ ਹੀ ਹੋਣਗੇ ਕਿ ਜਿਹੜੇ ਕਿ ਆਪਣੇ ਪ੍ਰੈਕਟੀਕਲ ਦੇ ਅੰਕ ਵੱਧ ਸੀਗੇ ਤੇ ਲਿਖਤੀ ਪੇਪਰ ਦੇ ਅੰਕ ਘੱਟ ਸੀਗੇ ਉਹ ਇਦਾਂ ਹੀ ਹੋਏਗਾ ਜਿਹੜਾ ਨਵਾਂ ਸੈਸ਼ਨ ਸ਼ੁਰੂ ਹੋਏਗਾ ਨੂ ਕਲਾਸਿਸ ਸ਼ੁਰੂ ਹੋਣਗੀਆਂ ਜਦੋਂ ਉਦੋਂ ਤੋਂ ਇਹ ਨਵਾਂ ਪੈਟਰਨ ਅਪਲਾਈ ਕੀਤਾ ਜਾਏਗਾ ਯਾਨੀ ਕਿ ਉਦੋਂ ਤੋਂ ਹੀ ਤੁਹਾਡੇ ਪ੍ਰੈਕਟੀਕਲ ਪੇਪਰ ਦੇ ਅੰਕ ਘਟਣਗੇ ਤੇ ਲਿਖਤੀ ਪੇਪਰ ਦੇ ਅੰਕ ਵਧਣਗੇ ਬੋਰਡ ਵੱਲੋਂ 9ਵੀਂ ਤੇ 10ਵੀਂ ਦੇ ਸਹਿਤ ਅਤਿ ਸਰੀਰਿਕ ਸਿੱਖਿਆ ਲਈ ਲਿਖਤੀ ਪ੍ਰੀਖਿਆ ਦਾ ਪੈਟਰਨ ਪਹਿਲਾਂ ਬੀ ਮਤਲਬ ਪਹਿਲਾਂ ਤੁਹਾਡੇ ਲਿਖਤੀ ਪੇਪਰ ਦੇ ਨੰਬਰ 20 ਸੀ 70 ਨੰਬਰ ਤੁਹਾਡੇ ਪ੍ਰੈਕਟੀਕਲ ਦੇ ਸੀ ਤੇ 10 ਨੰਬਰ ਤੁਹਾਡੇ ਇੰਟਰਨਲ ਅਸੈਸਮੈਂਟ ਦੇ ਸੀ ਜੋ ਕਿ ਹੁਣ ਚੇਂਜ ਕਰਤੀ ਚੇਂਜ ਕੀਤੇ ਗਏ ਨੇ ਜਿਹੜੇ ਕਿ ਹੁਣ 50 ਨੰਬਰ ਦਾ ਤੁਹਾਡਾ ਲਿਖਤੀ ਪੇਪਰ ਹੋਏਗਾ 40 ਨੰਬਰ ਤੁਹਾਨੂੰ ਪ੍ਰੈਕਟੀਕਲ ਦੇ ਮਿਲਣਗੇ ਤੇ 10 ਨੰਬਰ ਤੁਹਾਡੀ ਇੰਟਰਨਲ ਅਸੈਸਮੈਂਟ ਹੋਏਗੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਦੋਵੇਂ ਵਿਸ਼ਿਆਂ ਦੇ ਪੈਪਰ ਪੈਟਰਨ ਨੂੰ ਬਦਲਣ ਤੋਂ ਪਹਿਲਾਂ ਚਿੰਤਨ ਕਈ ਪੱਧਰਾਂ ਤੇ ਹੋਇਆ ਸੀ ਜਿਸ ਵਿੱਚ ਹਰ ਸਾਲ 8 ਲੱਖ ਦੇ ਕਰੀਬ ਵਿਦਿਆਰਥੀ ਹਿੱਸਾ ਲੈਂਦੇ ਸਨ ਇਸ ਤੋਂ ਬਾਅਦ ਪੈਟਰਨ ਬਦਲਿਆ ਗਿਆ ਹੈ ਪੈਟਰਨ ਨੂੰ ਬਦਲਦੇ ਹੋਏ ਇਹ ਵੀ ਬਹਿਸ ਕੀਤੀ ਗਈ ਸੀ ਕਿ ਜਿੰਨਾ ਵਿਸ਼ਿਆਂ ਵਿੱਚ ਪ੍ਰੈਕਟੀਕਲ ਅੰਕ ਵਧ ਹਨ ਅਸਲ ਵਿੱਚ ਉਹ ਵਿਸ਼ੇ ਪ੍ਰੈਕਟੀਕਲ ਸਿੱਖਿਆ ਨਾਲ ਸੰਬੰਧਿਤ ਹਨ ਲਿਖਣ ਲਿਖੰਦਾ ਉਹਨਾਂ ਯੋਗਦਾਨ ਨਹੀਂ ਜਿੰਨਾ ਕਿ ਪ੍ਰੈਕਟੀਕਲ ਦਾ ਹੈ ਹੁਣ ਖੇਡਾਂ ਬਾਰੇ ਲਿਖਣ ਨਾਲੋਂ ਜ਼ਮੀਨ ਤੇ ਉਸ ਦਾ ਪ੍ਰਦਰਸ਼ਨ ਜ਼ਿਆਦਾ ਮਹੱਤਵਪੂਰਨ ਹੈ ਪਰ ਮਾਇਰਾ ਨੇ ਮਾਇਰਾ ਦੀ ਰਾਏ ਤੋਂ ਬਾਅਦ ਬੋਰਡ ਨੇ ਲਿਖਤੀ ਪ੍ਰੀਖਿਆ ਦੇ ਅੰਕ ਵੱਧ ਅਤੇ ਪ੍ਰੈਕਟੀਕਲ ਦੇ ਅੰਕ ਘੱਟ ਕਰ ਦਿੱਤੇ ਨੇ ਯਾਨੀ ਕਿ ਆਪਣੀ ਚੋੜ ਕੀ ਨਿਕਲਦਾ ਹੈ ਸਾਰਾ ਕਿ ਸਿਰਫ ਤੇ ਸਿਰਫ ਦੋ ਪਹਿਲੀ ਗੱਲ ਤਾਂ ਇਹ ਹੈ ਕਿ ਸਿਰਫ ਤੇ ਸਿਰਫ ਦੋ ਪੇਪਰਾਂ ਦੇ ਵਿੱਚ ਦੋ ਸਬਜੈਕਟਸ ਸਰੀਰਿਕ ਸਿੱਖਿਆ ਅਤੇ ਖੇਡਾਂ ਟਿੱਕੇ ਜਿਹੜਾ ਇਹ ਵਾਲਾ ਸਬਜੈਕਟ ਹੈ ਤੁਹਾਡਾ ਇਹਦੇ ਵਿੱਚ ਹੀ ਚੇਂਜ ਕੀਤਾ ਗਿਆ ਹੈ ਬਾਕੀ ਜਿਹੜੇ ਪ੍ਰੈਕਟੀਕਲ ਸਬਜੈਕਟਸ ਹੁੰਦੇ ਨੇ ਜਿਵੇਂ ਕਿ ਮੈਥ ਹੋ ਗਿਆ ਸਾਇੰਸ ਹੋ ਗਿਆ ਇਹਨਾਂ ਦੇ ਵਿੱਚ ਚੇਂजेस ਨਹੀਂ ਕੀਤੇ ਗਏ ਸਰੀਰ ਸਿੱਖਿਆ ਸਿੱਖਿਆ ਸਰ ਜਿਡਿਕ ਸਿੱਖਿਆ ਦਾ ਜਿਹੜਾ ਪੇਪਰ ਹੁੰਦਾ ਸੀ ਆਪਣਾ ਉਹ ਇਸ ਸੈਸ਼ਨ ਦੇ ਵਿੱਚ ਸੇਮ ਪੈਟਰਨ ਦੇ ਅਕੋਰਡਿੰਗ ਹੋਏਗਾ ਅਗਲੇ ਸੈਸ਼ਨ ਦੇ ਵਿੱਚ ਲਿਖਤੀ ਦੇ ਨੰਬਰ ਵੱਧ ਹੋਣਗੇ ਤੇ ਪ੍ਰੈਕਟੀਕਲ ਦੇ ਨੰਬਰ ਘੱਟ ਹੋਣਗੇ ਤੇ ਇਹ ਸੀ ਅੱਜ ਦੀ ਇੰਪੋਰਟੈਂਟ ਅਪਡੇਟ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰਿਓ ਤਲੇ ਕਮੈਂਟ ਸੈਕਸ਼ਨ ਚ ਕੋਈ ਵੀ ਡਾਊਟ ਤੁਸੀਂ ਪੁੱਛ ਸਕਦੇ ਹੋ ਮੈਂ ਰਿਪਲਾਈ ਕਰ ਦੂੰਗੀ ਤੇ ਵੀਡੀਓ ਆਪਣੇ ਫਰੈਂਡਸ ਨੂੰ ਵੀ ਸ਼ੇਅਰ ਕਰਿਓ ਤਾਂ ਕਿ ਉਹਨਾਂ ਤੱਕ ਵੀ ਇੰਪੋਰਟੈਂਟ ਅਪਡੇਟ ਪਹੁੰਚ ਸਕੇ ਦੁਬਾਰਾ ਕਹਿ ਰਹੀ ਹਾਂ ਜਿਹੜੇ ਵੀਵਰਸ ਚਾਹਣ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਦੇਣ ਤਾਂ ਕਿ ਅੱਗੇ ਇੰਪੋਰਟੈਂਟ ਅਪਡੇਟਸ ਉਹਨਾਂ ਨੂੰ ਮਿਲ ਸਕਣ ਥੈਂਕ ਯੂ ਗਾਇਜ਼ ਫॉर ਵਾਚਿੰਗ ਮਾਈ ਵੀਡੀਓ